ਸਤਿ ਸ਼੍ਰੀ ਅਕਾਲ ਜੀ ਤੁਸੀਂ ਅਜੀਤ ਵੈਬ ਟੀਵੀ ਦੇਖ ਰਹੇ ਹੋ ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਹਫ਼ਤੇ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰਾਂ ਦੇ ਆਰ ਪਾਰ ਲੈ ਕੇ ਹਾਜ਼ਰ ਹਾਂ ਹਰ ਹਫ਼ਤੇ ਦੀ ਤਰ੍ਹਾਂ ਸਾਡੇ ਸਟੂਡੀਓ ਦੇ ਵਿੱਚੋਂ ਕੇ ਪੱਤਰਕਾਰ ਜਨਾਬ ਸਤਨਾਮ ਸਿੰਘ ਮਾਨਕ ਜੀ ਅਪੜੇ ਨੇ ਪਰ ਮਾਨਕ ਸਾਹਿਬ ਦੇ ਕੋਲੋਂ ਖਬਰਾਂ ਦੇ ਉੱਤੇ ਟਿੱਪਣੀਆਂ ਲੈਣ ਤੋਂ ਪਹਿਲਾਂ ਕਿਹੜੀਆਂ-ਕਿਹੜੀਆਂ ਖਬਰਾਂ ਨੇ ਇਹਦੇ ਵੱਲ ਇੱਕ ਝਾਤ ਮਾਰਦੇ ਆ ਅਦਾਲਤ ਦੇ ਵੱਲੋਂ ਆਪਾਂ ਸਾਰੇ ਜਾਣਦੇ ਹਾਂ ਲੰਘੇ ਕੱਲ ਗੁਰਮੀਤ ਰਾਮ ਰਹੀਮ ਯਾਨੀ ਕਿ ਸਿਰਸਾ ਡੇਰੇ ਦੇ ਮੁਖੀ ਨੂੰ ਫੇਰ ਸਜ਼ਾ ਸੁਣਾਈ ਗਈ ਹੈ ਉਮਰ ਕੈਦ ਯਾਨੀ ਕਿ ਆਖਰੀ ਸਾਤ ਤੱਕ ਗੁਰਮੀਤ RAM ਰਹੀਮ ਹੁਣ ਜੇਲ੍ਹ ਦੇ ਵਿੱਚ ਰਹੇਗਾ ਤੇ ਬਹੁਤ ਸਾਰੀਆਂ ਉਮੀਦਾਂ ਸੀ ਕਿ ਸ਼ਾਇਦ ਫਾਂਸੀ ਜਾਂ ਉਮਰ ਕੈਦ ਦੋਵਾਂ ਦੇ ਵਿੱਚੋਂ ਇੱਕ ਸਜ਼ਾ ਹੋਣੀ ਹੈ ਪਰ ਉਮਰ ਕੈਦ ਦੀ ਸਜ਼ਾ ਹੋਈ ਹੈ ਇਸ ਤੋਂ ਬਾਅਦ ਵੀ ਕਈ ਕੇਸ ਹੋਰ ਖੁੱਲਣ ਵਾਲੇ ਆ ਸਾਹਮਣੇ ਆਉਣ ਵਾਲੇ ਆ ਜਿਦੇ ਵਿੱਚ ਰਣਜੀਤ ਸਿੰਘ ਨਾਲ ਸੰਬੰਧਿਤ ਵੀ ਹੈ ਤੇ ਜਿਦੇ ਵਿੱਚ ਸਾਧੂਆਂ ਨੂੰ ਪੁਨਸ ਕਰਨ ਦਾ ਮਾਮਲਾ ਵੀ ਹੈ ਤੇ ਜੇਕਰ ਅਸੀਂ ਗੱਲ ਕਰਕੇ ਪੰਜਾਬ ਦੇ ਵਿੱਚ ਕਾਂਗਰਸ ਦੀ ਕਾਂਗਰਸ ਦੇ ਅੰਦਰ ਬਗਾਵਤਾਂ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਕੁਲਬੀਰ ਸਿੰਘ ਜ਼ੀਰਾ ਦੇ ਵੱਲੋਂ ਬਗਾਵਤ ਦਾ ਝੰਡਾ ਚੁੱਕਿਆ ਗਿਆ ਤੇ ਇਹ ਵੀ ਪਤਾ ਲੱਗਾ ਹਾਈ ਕਮਾਂਡ ਦੇ ਵੱਲੋਂ ਉਹਨਾਂ ਨੂੰ ਆਵਾਜ਼ ਮਾਰੀ ਗਈ ਹੈ ਕਿ ਤੁਸੀਂ ਦਿੱਲੀ ਦੇ ਵਿੱਚ ਆ ਕੇ ਆਪਣੀ ਵਿਥਿਆ ਸੁਣਾ ਕੇ ਜਾਓ ਆਮ ਆਰਮੀ ਪਾਰਟੀ ਦੇ ਜਿਹੜੇ ਬਾਗੀ ਵਿਧਾਇਕ ਨੇ ਖੇਰਾ ਤੜੇ ਨਾਲ ਖੜੇ ਹੋਏ ਉਹਨਾਂ ਦੇ ਵਿੱਚੋਂ ਪੰਜ ਜਣਿਆਂ ਨੇ ਆਪਣੀ ਅਸਤੀਫਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਹੁਣੇ-ਹੁਣੇ ਤਾਜ਼ਾ ਖਬਰ ਪ੍ਰਾਪਤ ਹੋਈ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਦੀ ਚੋਣ ਦੇ ਉੱਤੇ ਮਾਣਯੋਗ ਅਦਾਲਤ ਦੇ ਵੱਲੋਂ ਰੋਕ ਲਗਾ ਦਿੱਤੀ ਗਈ ਹੈ ਇਹ 19 ਤਰੀਕ ਨੂੰ ਚੋਣ ਹੋਣੀ ਸੀ ਤੇ ਜੇਕਰ ਅਸੀਂ ਗੱਲ ਕਰੀਏ ਹਰਿੰਦਰ ਸਿੰਘ ਖਾਲਸਾ ਹੋਰਾਂ ਦੀ ਜਿਹੜੇ ਕਿ ਆਮ ਆदमी ਪਾਰਟੀ ਦੇ ਸੰਸਦ ਮੈਂਬਰ ਨੇ ਫਤੇਗੜ ਸਾਹਿਬ ਤੋਂ ਆਉਂਦੇ ਦਿਨਾਂ ਦੇ ਵਿੱਚ ਇਹ ਗੱਲ ਬੜੇ ਭਰੋਸੇਯੋਗ ਸੂਤਰ ਦੱਸ ਰਹੇ ਆ ਕਿ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਸਕਦੇ ਆ ਸ਼ਾਇਦ ਉਹ ਕੋਈ ਨਵੀਂ ਰਾਜਨੀਤਿਕ ਪਾਰੀ ਖੇਡਣ ਦੀ ਇੱਛਾ ਪ੍ਰਗਟਾ ਰਹੇ ਆ ਮਾਨਕ ਸਾਹਿਬ ਤੁਹਾਡਾ ਸਵਾਗਤ ਕਰਦੇ ਹਾਂ। ਸ਼ੁਕਰੀਆ ਜੀ। ਮਾਨਕ ਸਾਹਿਬ ਸਭ ਤੋਂ ਵੱਡੀ ਖਬਰ ਗੁਰਮੀਤ ਰਾਮ ਰਹੀਮ ਦੀ ਜਿਸ ਤਰੀਕੇ ਦੇ ਨਾਲ ਉਹਦੇ ਉੱਤੇ ਕਈ ਕਿਸਮ ਦੇ ਦੋਸ਼ਾਂ ਦੇ ਕੇਸ ਚੱਲੇ ਜਿਸ ਤਰੀਕੇ ਨਾਲ ਅਜੇ ਦੀ ਤਰੀਕ ਦੇ ਵਿੱਚ ਉਸਨਾਰੀਆ ਦੀ ਜੇਲ੍ਹ ਦੇ ਵਿੱਚ ਬੰਦ ਹੈ ਜਿਸ ਤਰੀਕੇ ਦੇ ਨਾਲ ਹੁਣ ਉਮਰ ਭਰ ਦੀ ਕੈਦ ਸੁਣਾ ਦਿੱਤੀ ਗਈ ਹੈ। ਕੀ ਮੰਨਦੇ ਹੋ ਕਿ ਜੋ ਡੇਰਾਬਾਦ ਹੈ ਇਹਨੂੰ ਕੋਈ ਠੱਲ ਪੈ ਸਕਦੀ ਹੈ ਕਿ ਨਹੀਂ? ਜੋ ਡੇਰਾ ਪ੍ਰੇਮੀ ਨੇ ਸਿਰਸੇ ਵਾਲੇ ਉਹਨਾਂ ਦੇ ਕੀ ਤੌਖਲੇ ਕੀ ਬਲਬਲੇ ਹੋ ਸਕਦੇ? ਟੈਣਾ ਜੀ ਜਿਸ ਤਰ੍ਹਾਂ ਬਿਨਾਂ ਸ਼ੱਕ ਤੁਸੀਂ ਕਿਹਾ ਇਸ ਘਟਨਾ ਨਾਲ ਜਿਹੜਾ ਉੱਤਰੀ ਭਾਰਤ ਦੇ ਵਿੱਚ ਡੇਰਾਬਾਦ ਦੀ ਜਿਹੜੀ ਚੜ੍ਹਤ ਆ ਉਹਦੇ ਉੱਪਰ ਜਰੂਰ ਜਿਹੜਾ ਕੁਝ ਨਾ ਕੁਝ ਜਿਹੜਾ ਅਸਰ ਪਏਗਾ ਬਹੁਤ ਸਾਰੇ ਲੋਕਾਂ ਦੇ ਵਿੱਚ ਇਹ ਗੱਲ ਚਲੀ ਜਾਏਗੀ ਕਿ ਇਹ ਜਿਹੜੇ ਡੇਰੇ ਆ ਇਹ ਕੋਈ ਧਰਮ ਕਰਮ ਦਾ ਕੰਮ ਨਹੀਂ ਕਰਦੇ ਬਲਕਿ ਹਰ ਤਰ੍ਹਾਂ ਦੇ ਗਲਤ ਕੰਮ ਤੇ ਜੁਰਮ ਜਿਹੜੇ ਆ ਇੱਥੇ ਹੁੰਦੇ ਆ ਨਾ ਕੇਵਲ ਖੁਦ ਡੇਰਿਆਂ 'ਚ ਜੁਰਮ ਕਰਦੇ ਆ ਬਲਕਿ ਲੋਕਾਂ ਨੂੰ ਜੁਰਮ ਕਰਨ ਲਈ ਭੜਕਾਉਂਦੇ ਵੀ ਆ ਵਰਗ ਲਾਉਂਦੇ ਵੀ ਆ ਤੇ ਅੰਧਵਿਸ਼ਵਾਸ ਦੀ ਖੇਤੀ ਕਰਦੇ ਆ ਇਹ ਇਹ ਸੁਨੇਹਾ ਬੜੇ ਜ਼ੋਰਦਾਰ ਢੰਗ ਨਾਲ ਗਿਆ ਪਿਆਣਾ ਜੀ ਮੈਂ ਮਹਿਸੂਸ ਕਰਦਾ ਇੱਕ ਪੱਤਰਕਾਰ ਦੇ ਤੌਰ ਤੇ ਕਿ ਕਈ ਦਹਾਕਿਆਂ ਤੱਕ ਉੱਤਰੀ ਭਾਰਤ ਦੀ ਰਾਜਨੀਤੀ ਦੇ ਉੱਪਰ ਡੇਰਾ ਸੱਚਾ ਸੌਦਾ ਛਾਇਆ ਰਿਹਾ ਆਪਣੇ ਵੋਟ ਬੈਂਕ ਦੇ ਪ੍ਰਭਾਵ ਦੀਨ ਆਪਣੇ ਸ਼ਰਧਾਲੂਆਂ ਦੇ ਜੋਰ ਤੇ ਜਾਂ ਉਹਨਾਂ ਦੇ ਬਲ ਤੇ ਉਹਨਾਂ ਨੂੰ ਵੋਟਾਂ 'ਚ ਤਬਦੀਲ ਕਰਕੇ ਚਾਹੇ ਉਹ ਕੌਮੀ ਪਾਰਟੀਆਂ ਕਾਂਗਰਸ ਹੈ ਭਾਜਪਾ ਹੈ ਚਾਹੇ ਉਹ ਖੇਤਰੀ ਪਾਰਟੀਆਂ ਉਹਦੇ ਚ ਅਕਾਲੀ ਦਲ ਹੈ ਇਹ ਸਾਰੀਆਂ ਪਾਰਟੀਆਂ ਦੇ ਆਗੂ ਜਿਹੜੇ ਆ ਡੇਰੇ ਚ ਜਾ ਕੇ ਨਤਮਸਤਕ ਹੁੰਦੇ ਰਹੇ ਆ ਡੇਰੇ ਦਾ ਮੁਖੀ ਆ ਜਿਹੜਾ ਗਰਮੀਤ ਰਾਮ ਰਹੀਮ ਉੱਚੇ ਥਾਂ ਤੇ ਤਖਤ ਤੇ ਬੈਠਦਾ ਸੀ ਤੇ ਵੱਡੇ ਵੱਡੇ ਲੀਡਰ ਜਿਹੜੇ ਪੰਜਾਬ ਤੇ ਜਿਨ੍ਹਾਂ ਨੇ ਦਹਾਕਿਆਂ ਤੱਕ ਰਾਜ ਕੀਤਾ ਉਹ ਥੱਲੇ ਪੈਰਾਂ ਤੇ ਉਹਨਾਂ ਦੇ ਨਤਮਸਤਕ ਹੁੰਦੇ ਸੀ ਇਸ ਤਰ੍ਹਾਂ ਦੀ ਜਿਹੜੀ ਇੱਕ ਬੇਸ਼ਰਮੀ ਵਾਲੀ ਗੱਲ ਹੁੰਦੀ ਰਹੀ ਆ ਭਾਰਤੀ ਜਮਹੂਰੀਅਤ ਭਾਰਤੀ ਸੰਵਿਧਾਨ ਦੇ ਪੱਖ ਤੋਂ ਵੀ ਇੱਕ ਘਾਤਕ ਗੱਲ ਹੁੰਦੀ ਰਹੀ ਹੈ ਇਹ ਸਿਲਸਿਲਾ ਦਹਾਕਿਆਂ ਤੱਕ ਚੱਲਿਆ ਔਰ ਉਹਨਾਂ ਦਹਾਕਿਆਂ ਦੌਰਾਨ ਡੇਰਾ ਸੱਚਾ ਸੌਦਾ ਦੇ ਮੁਖੀ ਦੀ ਉਤਰੀ ਭਾਰਤ ਚ ਜਿਹੜੀ ਆ ਹਕੂਮਤ ਚੱਲਦੀ ਰਹੀ ਆ ਲੋਕਾਂ ਤੇ ਜ਼ਬਰ ਜ਼ੁਲਮ ਹੁੰਦਾ ਰਿਹਾ ਔਰਤਾਂ ਦੀ ਇੱਜ਼ਤ ਲੁੱਟੀ ਜਾਂਦੀ ਰਹੀ ਆ ਜਾਇਦਾਦਾਂ ਤੇ ਲੋਕਾਂ ਦੇ ਕਬਜ਼ੇ ਹੁੰਦੇ ਰਹੇ ਆ ਲੋਕਾਂ ਨੂੰ ਅੰਧਵਿਸ਼ਵਾਸ ਚ ਫਲਾਕੇ ਉਹਨਾਂ ਦਾ ਸਰੀਰਕ ਸ਼ੋਸ਼ਣ ਹੁੰਦਾ ਰਿਹਾ ਉਹਨਾਂ ਦਾ ਮਾਨਸਿਕ ਸ਼ੋਸ਼ਣ ਹੁੰਦਾ ਰਿਹਾ ਇਸ ਤਰ੍ਹਾਂ ਦਾ ਸਾਰਾ ਸਿਲਸਿਲਾ ਚੱਲਦਾ ਰਿਹਾ ਪਰ ਨਾ ਪੁਲਿਸ ਨਾ ਪੰਜਾਬ ਹਰਿਆਣਾ ਦੀਆਂ ਸਰਕਾਰਾਂ ਤੇ ਨਾ ਹੀ ਕੇਂਦਰ ਦੀਆਂ ਸਰਕਾਰਾਂ ਉਹਨਾਂ ਨੇ ਲੋਕਾਂ ਦੀ ਕੋਈ ਗੱਲ ਨਹੀਂ ਸੁਣੀ ਜਿਸ ਤਰ੍ਹਾਂ ਕੱਲ ਤੋਂ ਵੱਖ-ਵੱਖ ਮੀਡੀਆ ਚੈਨਲਾਂ ਤੇ ਅਖਬਾਰਾਂ ਚ ਚਰਚਾ ਹੁੰਦੀ ਆ ਰਹੀ ਆ ਕਿ ਛਤਰਪਤੀ ਦੇ ਪਰਿਵਾਰ ਨੂੰ 16 ਸਾਲ ਤੱਕ ਜਿਹੜਾ ਇਹ ਕੇਸ ਲੜਨਾ ਪਿਆ ਔਰ ਬਹੁਤ ਹੀ ਵਿਰੋਧੀ ਹਾਲਤਾਂ ਚ ਕੇਸ ਲੜਨਾ ਪਿਆ ਦਿੱਤੀਆਂ ਇਸ ਤਰ੍ਹਾਂ ਦੀਆਂ ਬਣੀਆਂ ਹੋਈਆਂ ਸੀ ਕਿ ਗਵਾਹਾਂ ਨੂੰ ਵੀ ਧਮਕਾਇਆ ਜਾ ਰਿਹਾ ਸੀ ਪਰਿਵਾਰ ਨੂੰ ਵੀ ਧਮਕਾਇਆ ਜਾ ਰਿਹਾ ਸੀ ਇਹਦੇ باوجود ਲੋਕਾਂ ਨੇ ਗਵਾਹਾਂ ਨੇ ਇੱਥੇ ਜਿਹੜਾ ਛਤਰਪਤੀ ਦੇ ਪਰਿਵਾਰ ਨੇ ਬਹੁਤ ਹੀ ਹੌਸਲੇ ਨਾਲ ਦਲੇਰੀ ਨਾਲ ਲੜਾਈ ਲੜੀ ਆ ਤੇ ਅੱਜ ਸਥਿਤੀਆਂ ਜਿਹੜੀਆਂ ਬਦਲੀਆਂ ਹੋਈਆਂ ਨਜ਼ਰ ਆ ਰਹੀਆਂ ਇਹ ਉਸ ਸਮੇਂ ਦੀ ਜਿਹੜੀ ਭੇਟਚਾਲ ਉਤਰੀ ਭਾਰਤ ਚੱਲ ਰਹੀ ਸੀ ਉਹਦੇ ਖਿਲਾਫ ਖੜੇ ਹੋ ਕੇ ਭਾਵੇਂ ਕੁਝ ਹੀ ਲੋਕਾਂ ਨੇ ਡੇਰਾ ਸੱਚਾ ਸੌਦੇ ਨਾਲ ਲੜਾਈ ਲੜੀ ਆ ਪਰ ਇਹਦੇ ਨਾਲ ਲੋਕ ਉਤਰੀ ਭਾਰਤ ਦੇ ਬਹੁਤੇ ਮਹਿਸੂਸ ਕਰ ਰਹੇ ਆ ਕਿ ਸਾਡੀ ਸਾਰਿਆਂ ਦੀ ਜਿੱਤ ਹੋਈ ਆ ਜਿਸ ਤਰ੍ਹਾਂ ਤੁਸੀਂ ਕਿਹਾ ਇਹਦੇ ਨਾਲ ਲਾਜ਼ਮੀ ਤੌਰ ਤੇ ਉੱਤਰੀ ਭਾਰਤ ਚ ਡੇਰਿਆਂ ਦੀ ਜਕੜ ਜਿਹੜੀ ਹੈ ਪਕੜ ਪਹਿਲਾਂ ਨਾਲੋਂ ਟੁੱਟੀ ਆ ਹੁਣ ਇਹ ਜਿਹੜੇ ਜਾਗਰਤ ਲੋਕ ਆ ਜਿਹੜੀਆਂ ਜਾਗਰਤ ਜਥੇਬੰਦੀਆਂ ਸਮਾਜਿਕ ਸੰਗਠਨ ਆ ਉਹਨਾਂ ਦਾ ਫਰਜ਼ ਬਣਦਾ ਕਿ ਇਹ ਜੋ ਘਟਨਾਕਰਮ ਵਾਪਰਿਆ ਇਹਨੂੰ ਲੋਕਾਂ ਤੱਕ ਪਹੁੰਚਾਉਣ ਤੇ ਲੋਕਾਂ ਨੂੰ ਆਂਧਵਿਸ਼ਵਾਸ ਤੇ ਡੇਰਾਵਾਦ ਦੇ ਖਿਲਾਫ ਲਾਮਬੰਦ ਕਰਨ ਟੈਣਾ ਜੀ ਇਹਦੇ ਨਾਲ ਹੀ ਮੈਂ ਇੱਕ ਗੱਲ ਕਹਿਣੀ ਚਾਹਨਾ ਕਿ ਜਦੋਂ ਦਾ ਡੇਰੇ ਦੀ ਚੜ ਮਚੀ ਹੋਈ ਸੀ ਬਹੁਤ ਵੱਡਾ ਵੋਟ ਬੈਂਕ ਉਹਦੇ ਉਹਦੇ ਕੋਲ ਸੀ ਉਦੋਂ ਲੀਡਰ ਜਿਹੜਾ ਨਤਮਸਤਕ ਹੁੰਦੇ ਸੀ ਉਹ ਗੱਲ ਤਾਂ ਸਮਝ ਆਂਦੀ ਹੈ ਪਰ ਅੱਜ ਜਦੋਂ ਡੇਰੇ ਦਾ ਮੁਖੀ ਜਿਹੜਾ ਜੇਲ੍ਹ ਦੇ ਵਿੱਚ 20 ਸਾਲ ਦੀ ਸਜ਼ਾ ਪਹਿਲਾਂ ਭੁਗਤ ਰਿਹਾ ਉਮਰ ਕੈਦ ਹੋ ਉਹਨੂੰ ਹੋਰ ਹੋ ਗਈ ਆ ਤੇ ਅੱਗੇ 2-3 ਕੇਸ ਉਹਦੇ ਤੇ ਹੋਰ ਗੰਭੀਰ ਦੋਸ਼ਾਂ ਦੇ ਚੱਲ ਰਹੇ ਆ ਉਹਦੇ ਬਾਹਰ ਆਣ ਦੀ ਕੋਈ ਸੁਭਾਵਨਾ ਨਹੀਂ ਡੇਰੇ ਦੀ ਕ੍ਰੈਡਿਬਿਲਟੀ ਨੂੰ ਡੇਰੇ ਦੇ ਵਕਾਰ ਨੂੰ ਬਹੁਤ ਜ਼ਿਆਦਾ ਤੱਕਾ ਲੱਗ ਚੁੱਕਾ ਪਰ ਹੈਰਾਨੀ ਵਾਲੀ ਗੱਲ ਹੈ ਅੱਜ ਵੀ ਟਹਿਣਾ ਜੀ ਨਾ ਤਾਂ ਕਾਂਗਰਸ ਪਾਰਟੀ ਦੇ ਵੱਡੇ ਲੀਡਰਾਂ ਨੇ ਜਿਹੜੀ ਅਦਾਲਤ ਵੱਲੋਂ ਇਹ ਇੱਕ ਚੰਗਾ ਫੈਸਲਾ ਸੁਣਾਇਆ ਗਿਆ ਇਹਦਾ ਸਵਾਗਤ ਨਹੀਂ ਕੀਤਾ ਨਾ ਹੀ ਅਕਾਲੀ ਦਲ ਦੇ ਲੀਡਰਾਂ ਤੇ ਬੋਲੇ ਨਾ ਹੀ ਭਾਜਪਾ ਦੇ ਲੀਡਰ ਇਹਦੇ ਤੇ ਬੋਲੇ ਆ ਇਸ ਤਰ੍ਹਾਂ ਲੱਗਦਾ ਵੋਟਾਂ ਦੀਆਂ ਵਪਾਰ ਨੇ ਪਾਰਟੀਆਂ ਅੱਜ ਵੀ ਜਿਹੜੀਆਂ ਡੇਰੇ ਦੇ ਵੋਟਾਂ ਵੱਲ ਦੇਖ ਰਹੀਆਂ ਹਰਾਸਤ ਭਰੀ ਨਜ਼ਰ ਨਾਲ ਇਹਨਾਂ ਚ ਜ਼ੁਰਤ ਨਹੀਂ ਇਹਨਾਂ ਦੇ ਅੰਦਰ ਮਨੁੱਖੀ ਵੇਦਨਾ ਨਹੀਂ ਹੈਗੀ ਕਿ ਅੱਜ ਵੀ ਉਹ ਲੋਕਾਂ ਨਾਲ ਖੜੇ ਹੋ ਕੇ ਇਸ ਫੈਸਲੇ ਦਾ ਸਵਾਗਤ ਕਰ ਸਕਣ ਇਹੋ ਜਿਹੀਆਂ ਰਾਜਨੀਤਿਕ ਪਾਰਟੀਆਂ ਇਹੋ ਜਿਹੇ ਰਾਜਨੀਤਕ ਗਾਗੂਆਂ ਤੋਂ ਤੁਸੀਂ ਲੋਕਾਂ ਬਾਰੇ ਕੀ ਆਸ ਕਰ ਸਕਦੇ ਆ ਤੁਸੀਂ ਦੇਸ਼ ਬਾਰੇ ਇਹਨਾਂ ਤੇ ਕੀ ਆਸ ਲਾ ਸਕਦੇ ਆ ਸਾਡਾ ਜਿਹੜਾ ਰਾਜਨੀਤਕ ਪ੍ਰਬੰਧ ਹੈ ਰਾਜਨੀਤਕ ਸਾਡੀ ਵਿਵਸਥਾ ਆ ਉਹ ਇਸ ਤੋਂ ਪਤਾ ਲੱਗਦਾ ਕਿ ਬੁਰੀ ਤਰ੍ਹਾਂ ਨਿੱਗਰ ਚੁੱਕੀ ਆ ਨਾ ਦੇਸ਼ ਨਾ ਲੋਕ ਸਾਡੀਆਂ ਰਾਜਨੀਤਕ ਪਾਰਟੀਆਂ ਲਈ ਕੋਈ ਮਹੱਤਵ ਨਹੀਂ ਰੱਖਦੇ ਇਹ ਸਭ ਤੋਂ ਦੁੱਖ ਵਾਲੀ ਤੇ ਸ਼ਰਮ ਵਾਲੀ ਗੱਲ ਹੈ ਜੀ ਤੇ ਮਾਨਕ ਸਾਹਿਬ ਜੇ ਅਸੀਂ ਪੰਜਾਬ ਕਾਂਗਰਸ ਦੀ ਗੱਲ ਕਰਦੇ ਆ ਬੜੇ ਵੱਡੇ ਵੱਡੇ ਤਮਾਕੇ ਹੋ ਰਹੇ ਆ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕਹਿੰਦੇ ਆ ਕਿ ਕੈਪਟਨ ਸਾਹਿਬ ਵੀ ਫਿਕਰਾਂ ਦੇ ਆਲਮ ਦੇ ਵਿੱਚ ਹੈ ਇਸੇ ਕਰਕੇ 16 17 18 ਤੇ 19 ਯਾਨੀ ਕਿ 4 ਦਿਨ ਦੇ ਲਈ ਉਹਨਾਂ ਨੇ ਪੰਜਾਬ ਦੇ ਵਿਧਾਇਕਾਂ ਦੀ ਕਾਂਗਰਸੀ ਵਿਧਾਇਕਾਂ ਦੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਵੀ ਕਰਦੀ ਵੀ ਇਹਨਾਂ ਦਾ ਹਾਲਚਲ ਪੁੱਛਿਆ ਜਾਵੇ ਚਾਹ ਪਹਿਲਾਂ ਪਿਆ ਕੇ ਪਰ ਜਿਸ ਤਰੀਕੇ ਨਾਲ ਕੁਲਬੀਰ ਸਿੰਘ ਜ਼ੀਰਾ ਦੇ ਵੱਲੋਂ ਬਗਾਵਤ ਕੀਤੀ ਗਈ ਹੈ ਜਿਵੇਂ ਗੱਲ ਸੁਣਨ ਦੀ ਥਾਂ ਨੇ ਉੱਤੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਮੌਤਲ ਕਰ ਦਿੱਤਾ ਜਿਸ ਤਰੀਕੇ ਦੇ ਨਾਲ ਹਾਈ ਕਮਾਂਡ ਦੇ ਵੱਲੋਂ ਉਹਨਾਂ ਨੂੰ ਦਿੱਲੀ ਬੁਲਾਇਆ ਗਿਆ ਕੀ ਕਹਿਣਾ ਚਾਹੋਗੇ ਟੈਣਾ ਜੀ ਜਿਹੜੀ ਪੰਜਾਬ ਦੀ ਰਾਜਨੀਤੀ ਹੈ ਜਾਂ ਪੰਜਾਬ ਦੀ ਰਾਜਨੀ ਉਹਦੇ ਵਿੱਚ ਅਫਸਰਸ਼ਾਹੀ ਭਰੀ ਹੈ ਅਫਸਰਸ਼ਾਹੀ ਚਾਹੇ ਉਹ ਸਿਵਲ ਹੈ ਚਾਹੇ ਉਹ ਪੁਲਿਸ ਹੈ ਪੁਲਿਸ ਤੰਤਰ ਜਿਹੜਾ ਉਹ ਸਰਕਾਰ ਚਲਾਉਂਦਾ ਹੈ ਇਸੇ ਕਰਕੇ ਲੋਕਾਂ ਦੇ ਪ੍ਰਤੀਨਿਧ ਦੇ ਆਜ ਵਿਧਾਇਕ ਹੈ ਚਾਹੇ ਉਹ ਵਿਰੋਧੀ ਪਾਰਟੀਆਂ ਦੇ ਆ ਚਾਹੇ ਸੱਤਾਧਾਰੀ ਪਾਰਟੀ ਕਾਂਗਰਸ ਦੇ ਆ ਉਹ ਕੋਡਨ ਮਹਿਸੂਸ ਕਰ ਰਹਾ ਹੈ ਉਹਨਾਂ ਦੀ 19 ਦਿਨ ਚੱਲਦੀ ਜਿਹਨੀ ਅਫਸਰਸ਼ਾਹੀ ਤੇ ਪੁਲਿਸ ਦੀ ਚੱਲਦੀ ਹੈ ਜਿਹੜਾ ਫਿਰੋਜ਼ਪੁਰ ਦਾ ਇੱਕ ਘਟਨਾਕਰਮ ਹੈ ਜਿਹੜਾ ਕੁਲਵੀਰ ਸਿੰਘ ਜੀਰੇ ਨੇ ਜਿਸ ਤਰ੍ਹਾਂ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ ਉਹਦੇ ਵਿੱਚ ਵੀ ਇਹ ਗੱਲ ਉੱਪਰ ਕੇ ਸਾਹਮਣੇ ਆਂਦੀ ਹੈ ਕਿ ਉਹਦੇ ਜ਼ਿਲ੍ਹੇ 'ਚ ਪੁਲਿਸ ਦੀ ਜ਼ਿਆਦਾ ਸੁਣੀ ਜਾਂਦੀ ਹੈ ਤੇ ਵਿਧਾਇਕ ਦੀ ਘੱਟ ਸੁਣੀ ਗਈ ਇਸ ਕਰਕੇ ਉਹਦਾ ਜਿਹੜਾ ਗੁੱਸਾ ਸੀਗਾ ਉਹ ਪੰਚਾਂ ਸਰਪੰਚਾਂ ਦੇ 100 ਚੁੱਕ ਸਮਾਗਮ ਵਿੱਚ ਉੱਭਰ ਕੇ ਇਹ ਸਾਹਮਣੇ ਆ ਗਿਆ ਉਹਨੇ ਆਪ ਵੀ ਇਹ ਗੱਲ ਕਹੀ ਹੈ ਜੀਰਾ ਨੇ ਵੀ ਕਿ ਇਸ ਘਟਨਾ ਕਰਮ ਤੋਂ ਇਹ ਸਾਬਤ ਹੋ ਗਿਆ ਕਿ ਸਰਕਾਰ ਜਿਹੜੀ ਹੈ ਲੋਕਾਂ ਦੇ ਨੁਮਾਇੰਦੇ ਨਹੀਂ ਚਲਾ ਰਹਾ ਬਲਕਿ ਕਰਪਟ ਪੁਲਿਸ ਅਫਸਰ ਜਿਹੜੇ ਆ ਉਹ ਸਰਕਾਰ ਚਲਾ ਰਹਾ ਆ ਇਹ ਕੋਈ ਹੌਨਟ ਹੈ ਨਾ ਜੀ ਵਿਵਸਥਾ ਪੈਦਾ ਨਹੀਂ ਉਹ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਚ ਇਹੀ ਕੁਛ ਹੁੰਦਾ ਆ ਰਿਹਾ ਸਿਵਲ ਅਫਸਰशाही ਨੂੰ ਪੁਲਿਸ ਨੂੰ ਜ਼ਿਆਦਾ ਅਧਿਕਾਰ ਦਿੱਤੇ ਹੋਇਆ ਉੱਪਰੋਂ ਚੰਡੀਗੜ੍ਹ ਤੋਂ ਬੈਠ ਕੇ ਮੁੱਖ ਮੰਤਰੀ ਜਾਂ ਜੇ ਕੋਈ ਡਿਪਟੀ ਮੁੱਖ ਮੰਤਰੀ ਜਾਂ ਚੀਫ ਸੈਕਟਰੀ ਜਿਹੜਾ ਉਹ ਅਫਸਰਸ਼ਾਹੀ ਦੇ ਸਿਰ ਤੇ ਰਾਜ ਕਰਦੇ ਆ ਇਹਦੇ ਦੋ ਕਾਰਨ ਆ ਇੱਕ ਤਾਂ ਕਾਰਨ ਇਹ ਆ ਕਿ ਪੰਜਾਬ ਜਿਹੜਾ ਅਤਵਾਦ ਦੇ ਦੌਰ ਚੋਂ ਗੁਜ਼ਰਿਆ ਉਸ ਵੇਲੇ ਇਹ ਸਿਲਸਿਲਾ ਸ਼ੁਰੂ ਹੋ ਗਿਆ ਉਹਦੇ ਚ ਅਫਸਰਸ਼ਾਹੀ ਤੇ ਪੁਲਿਸ ਭਰੂ ਹੋ ਗਈ ਉਹ ਅਮਲ ਅਜੇ ਵੀ ਚੱਲੀ ਜਾ ਰਿਹਾ ਦੂਜੀ ਗੱਲ ਇਹ ਆ ਕਿ ਸਰਕਾਰ ਕੋਲ ਖਜ਼ਾਨੇ ਚ ਪੈਸੇ ਆ ਨਹੀਂ ਲੋਕ ਨਮਾਉਂਦੇ ਆ ਰਾਹੀਂ ਜਿਹੜਾ ਲੋਕਾਂ ਨੂੰ ਗਰੰਟਾ ਦੇ ਕੇ ਲੋਕਾਂ ਲਈ ਲਾਭਕਾਰੀ ਪ੍ਰੋਜੈਕਟ ਐਲਾਨ ਕੇ ਉਹਨਾਂ ਨੂੰ ਲਾਗੂ ਕਰਕੇ ਜਿਹੜਾ ਲੋਕ ਨਮਾਉਂਦੇ ਆ ਆਪਣੀ ਚੜ੍ਹਤ ਨਹੀਂ ਬਣਾ ਸਕਦੇ ਤੇ ਲੋਕਾਂ ਦੇ ਵਿੱਚ ਜਿਹੜੀ ਦਿਨੋਂ ਦਿਨ ਸਰਕਾਰ ਪ੍ਰਤੀ ਰੋਸ ਵਧਦਾ ਤੇ ਲੋਕਾਂ ਨੂੰ ਦਬਾਉਣ ਲਈ ਅਫਸਰਸ਼ਾਹੀ ਤੇ ਪੁਲਿਸ ਦੀ ਲੋੜ ਐ ਇਸ ਕਰਕੇ ਜਿਹੜੀ ਸਰਕਾਰ ਚਲਾਉਣ ਲਈ ਜਿਹੜਾ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਜੇ ਕੋਈ ਹੋਵੇ ਜਾਂ ਚੀਫ ਸੈਕਟਰੀ ਹੋਵੇ ਉਹ ਅਫਸਰਸ਼ਾਹੀ ਤੇ ਨਿਰਪਰ ਕਰਦਾ ਤੇ ਇਹ ਜਿਹੜੀ ਚੱਲ ਰਹੀ ਹੈ ਕਾਰਜਸ਼ੈਲੀ ਇਹਦੇ ਖਿਲਾਫ ਲੋਕ ਨਮਾਇੰਦਿਆਂ ਚ ਰੋਸ ਹੈ ਇਸੇ ਕਰਕੇ ਸ਼ਾਇਦ ਕੈਪਟਨ ਨੇ ਦੁਆਬੇ ਦੇ ਮਾਲਵੇ ਦੇ ਮਾਝੇ ਦੇ ਜਿਹੜੇ ਵਿਧਾਇਕ ਹੈ ਉਹ ਉਹਨਾਂ ਨਾਲ ਗੱਲਬਾਤ ਕੀਤੀ ਹੈ ਤਾਂ ਕਿ ਉਹਨਾਂ ਨੂੰ ਕੁਝ ਨਾ ਕੁਝ ਸ਼ਾਂਤ ਕੀਤਾ ਜਾ ਸਕੇ ਜੀ ਤੇ ਮਾਨਕ ਸਾਹਿਬ ਆਮ ਆਦਮੀ ਪਾਰਟੀ ਦੇ ਵਿੱਚ ਵੀ ਹਰ ਰੋਜ਼ ਕੁਝ ਨਾ ਕੁਝ ਨਵਾਂ ਵਾਪਰ ਰਿਹਾ ਕਦੇ ਬਾਗਿਆ ਦੇ ਵਿੱਚ ਵਾਪਰ ਜਾਂਦਾ ਕਦੇ ਆਮ ਆਦਮੀ ਪਾਰਟੀ ਦੇ ਵਿੱਚ ਵਾਪਰ ਜਾਂਦਾ ਮਾਸਟਰ ਬਲਦੇਵ ਸਿੰਘ ਜਿਹੜੇ ਜੈਤੋ ਤੋਂ ਵਿਧਾਇਕ ਨੇ ਉਹਨਾਂ ਨੇ ਆਪ ਨੂੰ ਛੱਡ ਦਿੱਤਾ ਖੈਰੇ ਨਾਲ ਪੱਕੇ ਤੌਰ ਤੇ ਜੁੜ ਗਏ ਇੱਕ ਤਾਂ ਸਵਾਲ ਇਹ ਆ ਵੀ ਕੀ ਇਹਨਾਂ ਦੇ ਉੱਤੇ ਵੀ ਦਲ ਬਦਲੀ ਕਾਨੂੰਨ ਲਾਗੂ ਹੋ ਤੇ ਦੂਜੀ ਖਬਰ ਇਹ ਪਤਾ ਲੱਗੀ ਆ ਵੀ ਜਿਹੜੇ ਪੰਜ ਉਹਦੇ ਨਾਲ ਹੋਰ ਖੜੇ ਆ ਖਰੇ ਦੇ ਵਿਧਾਇਕ ਉਹਨਾਂ ਨੇ ਅਸਤੀਫਾ ਦੇਣ ਤੋਂ ਇਨਕਾਰ ਕਰਤਾ ਰਹਿਣਾ ਜੀ ਇਸ ਪ੍ਰੋਗਰਾਮ 'ਚ ਆਪਾਂ ਪਹਿਲਾਂ ਵੀ ਚਰਚਾ ਕੀਤੀ ਸੀ ਉਹਦੇ ਵਿੱਚ ਵੀ ਮੈਂ ਇਹੀ رائے ਪ੍ਰਗਟ ਕੀਤੀ ਸੀ ਕਿ ਪੰਜਾਬ ਦੀਆਂ ਖਾਸ ਹਾਲਤਾਂ 'ਚ ਆਮ ਆਦਮੀ ਪਾਰਟੀ ਦੇ ਜਿਹੜੇ 20 ਵਿਧਾਇਕ ਬਣ ਗਏ ਇਹਨਾਂ ਨੂੰ ਹੁਣ ਪੂਰੀ ਤਰ੍ਹਾਂ ਅਹਿਸਾਸ ਹੈ ਕਿ ਨਾ ਅੱਜ ਤੇ ਨਾ ਆਉਣ ਵਾਲੇ ਸਮੇਂ 'ਚ ਮੁੜ ਕੇ ਉਹਨਾਂ ਦੇ ਵਿਧਾਇਕ ਬਣ ਦੀ ਸੁਭਾਵਨਾ ਆ ਇਹਨਾਂ ਵਿੱਚੋਂ ਜਿਨ੍ਹਾਂ ਦੀ ਪੰਜਾਬ ਨਾਲ ਪੰਜਾਬ ਦੇ ਲੋਕਾਂ ਨਾਲ ਜਾਂ ਆਪਣੇ ਰਾਜਨੀਤਿਕ ਵਿਚਾਰਾਂ ਨਾਲ ਕੋਈ ਪ੍ਰਤੀਬੱਧਤਾ ਆ ਉਹ ਤਾਂ ਆਪਣੀ ਸੀਟ ਦਾ ਤੇ ਲਾ ਕੇ ਖੈਰੇ ਨਾਲ ਵੀ ਜਾ ਸਕਦਾ ਕਿਸੇ ਹੋਰ ਨਾਲ ਵੀ ਜਾ ਸਕਦਾ ਜੇ ਦਾ ਨਿਸ਼ਾਨਾ 5 ਸਾਲ ਵਿਧਾਇਕ ਰਹਿਣਾ ਆ ਪੈਂਸ਼ਨ ਲੈਣਾ ਆ ਭੱਤੇ ਲੈਣਾ ਤੇ ਉਹਨੇ ਤਾਂ ਆਪਣੀ ਗੱਦੀ ਨਾਲ ਚਿਮੜੇ ਰਹਿਣਾ ਤੇ ਉਹਨਾਂ ਨੇ ਦਲ ਬਦਲੀ ਕਾਨੂੰਨ ਦੇ ਸ਼ਿਕਾਰ ਨਹੀਂ ਹੋਣਾ ਬਲਕਿ ਆਪਣੀ ਜਿਹੜੀ ਵਿਧਾਇਕੀ ਉਹ ਬਚਾ ਕੇ ਰੱਖਣੀ ਆ ਹੁਣ ਤੁਸੀਂ ਜਿਸ ਤਰ੍ਹਾਂ ਕਿਹਾ ਮਾਸਟਰ ਬਲਦੇਵ ਸਿੰਘ ਨੇ ਇਹ ਸੀਟ ਛੱਡਣਾ ਹੀ ਸਵੀਕਾਰ ਕਰ ਲਈ ਆ ਉਹਦੇ ਲਈ ਆਪਣੇ ਰਾਜਨੀਤਿਕ ਵਿਚਾਰ ਜਿਹੜੇ ਆ ਉਹ ਜ਼ਿਆਦਾ ਮਹੱਤਵ ਰੱਖਦੇ ਆ ਬਾਕੀ ਅੱਜ ਵੀ ਆਮ ਆਦਮੀ ਪਾਰਟੀ ਚ ਰਹਿਣਾ ਚਾਹੁੰਦੇ ਆ केजरीवाल ਨੂੰ ਆਪਣਾ ਲੀਡਰ ਮੰਨਣਾ ਚਾਹੁੰਦੇ ਆ ਭਾਵੇਂ ਉਹ ਜਿਹੋ ਖੈਰੇ ਦੇ ਨਾਲ ਉਹਨਾਂ ਦਾ ਮੁੱਖ ਮਕਸਦ ਜਿਹੜਾ ਆਪਣੀ ਵਿਧਾਇਕੀ ਨੂੰ ਕਾਇਮ ਰੱਖਣਾ ਇਹ ਤੋਂ ਇਹ ਹੀ ਗੱਲ ਸਾਬਤ ਹੁੰਦੀ ਹੈ ਤੇ ਮਾਨਕ ਸਾਬ ਇੱਕ ਹੋਰ ਸਵਾਲ ਪੈਦਾ ਹੁੰਦਾ ਕਿ ਕੀ ਆਉਂਦੇ ਸਮੇਂ ਦੇ ਵਿੱਚ ਇਹੋ ਜੀ ਸਥਿਤੀ ਬਣ ਚੱਕਦੀ ਹੈ ਕਿ ਆਮ ਆਦਮੀ ਪਾਰਟੀ ਦੇ ਕੋਲੋਂ ਵਿਰੋਧੀ ਧਿਰ ਦਾ ਰੁਤਬਾ ਖਸ ਜੇ ਪੈਣਾ ਜੀ ਇਹ ਇਸ ਗੱਲ ਤੇ ਨਿਰਭਰ ਕਰਦਾ ਜੇ ਆਮ ਆਦਮੀ ਪਾਰਟੀ ਦੇ ਜਿਹੜੇ ਦੋਵੇਂ ਧੜੇ ਬਣੇ ਹੋਇਆ ਉਹਨਾਂ ਵਿੱਚੋਂ ਕੁਝ ਵਿਧਾਇਕਾਂ ਨੂੰ ਜਾ ਤਾਂ ਕੇਜਰੀਵਾਲ ਧੜਾ ਪਾਰਟੀ ਚੋਂ ਕੱਢਦਾ ਜਿਹੜੀ ਉਤੇ ਚਾਹ ਜਿਹੜੇ ਹੋਰ ਟੰਗਾ ਨਾਲ ਕੁਝ ਆਮ ਆਦਮੀ ਦੇ ਵਿਧਾਇਕ ਹੈ ਜਿਹੜੇ ਉਸ ਤਿਵੇ ਦੇ ਕੇ ਬਾਹਰ ਵਿਧਾਨ ਸਭਾ ਚ ਆ ਜਾਣ ਜਿਹੜੇ ਖੈਰਾ ਟੜੇ ਨਾਲ ਵੀ ਆਉਂਦੇ ਆ ਤੇ ਆਮ ਆਦਮੀ ਪਾਰਟੀ ਦੇ ਸਮੂੱਚੇ ਵਿਧਾਇਕਾਂ ਦੀ ਗਿਣਤੀ ਜੇ ਘਟ ਜਾਏ ਤਾਂ ਉਹਦੇ ਨਾਲ ਜਿਹੜਾ ਆਮ ਆਦਮੀ ਪਾਰਟੀ ਕੋਲ ਵਿਰੋਧੀ ਤੇ ਆਗੂ ਦਾ ਰੁਤਬਾ ਹੈ ਉਹ ਖੁੱਸ ਸਕਦਾ ਜੀ ਮਾਨਿਕ ਸਾਹਿਬ ਅੱਜ ਦੀ ਜਿਹੜੀ ਸਭ ਤੋਂ ਵੱਡੀ ਇੱਕ ਹੋਰ ਖਬਰ ਪ੍ਰਾਪਤ ਹੋਈ ਹੈ சுரேਸ਼ अरोड़ा ਜਿਹੜੇ ਕਿ ਪੰਜਾਬ ਪੁਲਿਸ ਦੇ ਮੁਖੀ ਹੈ ਉਹਨਾਂ ਦੇ ਵੱਲੋਂ ਕੇਂਦਰ ਨੂੰ ਚਿੱਠੀ ਲਿਖ ਦਿੱਤੀ ਗਈ ਹੈ ਕਿ ਮੈਂ ਆਪਣੇ ਕਾਰਜਕਾਲ ਦੇ ਵਿੱਚ ਵਾਧਾ ਨਹੀਂ ਚਾਹੁੰਦਾ ਮੈਨੂੰ ਵੇਲੇ ਸਿਰ ਸੇਵਾਮੁਕਤ ਕੀਤਾ ਜਾ ਮੈਂ ਨਹੀਂ ਚਾਹੁੰਦਾ ਕਿ ਹੋਰ ਮੈਂ ਇਸ ਅਹੁਦੇ ਦੇ ਉੱਤੇ ਬੈਠ ਕੇ ਕੰਮ ਕਰਾਂ ਕੋਈ ਹੋਰ ਵਿਅਕਤੀ ਲੱਭਿਆ ਜਾਵੇ ਜਿਹੜਾ ਕਿ ਇਸ ਅਹੁਦੇ ਨੂੰ ਸੰਭਾਲ ਸਕੇ ਕੀ ਕਹਿਣਾ ਚਾਹੋਗੇ ਪਰਦੇ ਪਿੱਛੇ ਕੀ ਕੁਝ ਚੱਲਦਾ ਹੋਊਗਾ ਟਾਣਾ ਜੀ ਜਦੋਂ ਕਿਸੇ ਪੁਲਿਸ ਮੁਖੀ ਦੀ ਕਿਸੇ ਰਾਜ 'ਚ ਜਿਹੜਾ ਵਾਰ-ਵਾਰ ਮਿਆਦ ਵਧਾਈ ਜਾਵੇ ਉਹਦੇ ਅਹੁਦੇ ਦੀ ਤਾਂ ਉਹਦਾ ਵਕਾਰ ਹੌਲੀ-ਹੌਲੀ ਘਟਣਾ ਸ਼ੁਰੂ ਹੋ ਜਾਂਦਾ ਲੋਕ ਉਹਨੂੰ ਸ਼ੱਕ ਦੀ ਨਜ਼ਰ ਨਾਲ ਦੇਖਣਾ ਸ਼ੁਰੂ ਕਰ ਦਿੰਦੇ ਆ ਕਿ ਸਰਕਾਰ ਇਹਦੇ ਤੋਂ ਕਿਹੜਾ ਵਿਸ਼ੇਸ਼ ਕੰਮ ਕਰਾਉਣਾ ਚਾਹੁੰਦੀ ਆ ਜਿਹਦੇ ਕਰਕੇ ਇਹਨੂੰ ਅਹੁਦੇ 'ਤੇ ਰੱਖਿਆ ਜਾ ਰਿਹਾ ਹੈ ਇਹਦੇ ਨਾਲ ਹੀ ਕਿਉਂਕਿ ਪੁਲਿਸ ਦੇ ਵਿੱਚ ਵੀ ਹੋਰ ਜਿਹੜੇ ਸੀਨੀਅਰ ਅਫਸਰ ਹੁੰਦੇ ਆ ਉਹਨਾਂ ਦੀ ਵੀ ਇੱਛਾ ਹੁੰਦੀ ਆ ਕਿ ਅਸੀਂ ਵੀ ਪੁਲਿਸ ਮੁਖੀ ਬਣ ਕੇ ਸੇਵਾਮੁਕਤ ਹੋਈਏ ਉਹਨਾਂ ਚ ਵੀ ਰੋਸ ਫੈਲਣਾ ਸ਼ੁਰੂ ਹੋ ਜਾਂਦਾ ਇਹਦੇ ਚ ਸਰੇਸ਼ अरोड़ा ਦੀ ਕਿੰਨੀ ਵਾਰ ਮਿਆਦ ਵਧਾਈ ਗਈ ਆ ਹੁਣ ਜਦੋਂ ਇੱਕਦਮ ਉਹਦੀ 9 ਮਹੀਨੇ ਵਾਲੀ ਕੇਂਦਰ ਸਰਕਾਰ ਨੇ ਮਿਆਦ ਵਧਾ ਦਿੱਤੀ ਆ ਤਾਂ ਉਹਦੇ ਬਾਰੇ ਉਹਦੇ ਕੰਮ ਬਾਰੇ ਪ੍ਰਸ਼ਨ ਜਿਹੜੇ ਆ ਰਾਜਨੀਤਿਕ ਹਲਕਿਆਂ 'ਚ ਉੱਠਣੇ ਸ਼ੁਰੂ ਹੋ ਗਏ ਸੀ ਤੇ ਬਹੁਤ ਸਾਰੇ ਰਾਜਨੀਤਿਕ ਆਗੂਆਂ ਨੇ ਇਹਦਾ ਵਿਰੋਧ ਵੀ ਕੀਤਾ ਇਹਨੂੰ ਜਮਹੂਰੀ ਜਿਹੜਾ ਅਮਲ ਦੇ ਖਿਲਾਫ ਇਸ ਘਟਨਾ ਨੂੰ ਗਰਦਾਨਿਆ ਮੇਰਾ ਖਿਆਲ ਹੈ ਇਹ ਸ੍ਰੀਸ਼ ਅਰੋੜਾ ਦੀ ਸਮਝਵਾਲੀ ਗੱਲ ਹੈ ਹੈਗੀ ਆ ਕਿ ਉਹਨਾਂ ਨੇ ਇਹ ਇਹ ਛਪਰਗੜ ਕੀਤੀ ਆ ਕਿ ਮੈਂ ਹੋਰ ਆਪਣੇ ਅਹੁਦੇ ਦੀ ਮਿਆਦ ਹੁਣ ਨਹੀਂ ਵਧਾਣਾ ਚਾਹੁੰਦਾ ਕਿਉਂਕਿ ਆਉਣ ਵਾਲੇ ਸਮੇਂ 'ਚ ਇਹ ਵੀ ਗੱਲ ਟੈਣਾ ਜੀ ਹੋ ਸਕਦੀ ਆ ਆਮ ਤੌਰ ਤੇ ਚੋਣ ਕਮਿਸ਼ਨ ਇਹ ਚਾਹੁੰਦਾ ਹੁੰਦਾ ਕਿ ਕਿਸੇ ਵੀ ਰਾਜ 'ਚ ਜਿਹੜੀਆਂ ਚੋਣਾਂ ਹੋਣੀਆਂ ਚਾਹੇ ਉਹ ਵਿਧਾਨ ਸਭਾ ਦੀਆਂ ਚਾਹੇ ਲੋਕ ਸਭਾ ਦੀਆਂ ਉਹ ਪੂਰੀ ਮਿਆਦ ਵਾਲਾ ਪੁਲਿਸ ਮੁਖੀ ਕਰਵਾਵੇ ਕੋਈ ਅਜੇਹਾ ਪੁਲਿਸ ਮੁਖੀ ਨਾ ਕਰਾਵੇ ਜਿਹਦੀ ਕੁਝ ਮਹੀਨਿਆਂ ਲਈ ਮਿਆਦ ਵਧਾਈ ਗਈ ਹੋਵੇ ਤੇ ਇਹਦੇ 'ਚ ਇਸ ਗੱਲ ਦੀ ਵੀ ਸੰਭਾਵਨਾ ਆ ਕਿ ਜੇ ਅੱਜ ਉਹ 9 ਮਹੀਨਿਆਂ ਲਈ ਇਹ ਜਿਹੜੀ ਵਧੀ ਹੋਈ ਮਿਆਦ ਸ੍ਰੇਸ਼ ਅਰੋੜਾ ਹਾਸਲ ਕਰ ਲੈਂਦੇ ਆ ਤੇ ਕੱਲ ਨੂੰ ਚੋਣ ਕਮਿਸ਼ਨ ਆ ਕੇ ਕਹੇ ਕਿ ਇਹਨੂੰ ਚੱਲਦਾ ਕਰੋ ਕੋਈ ਪੂਰੇ ਸਮੇਂ ਦਾ ਡੀਜੀਪੀ ਲਾਓ ਤਾਂ ਅਸੀਂ ਚੋਣਾਂ ਕਰਾਵਾਂਗੇ ਪੰਜਾਬ 'ਚ ਸੋ ਇਹਨਾਂ ਸਾਰੀਆਂ ਗੱਦੀਆਂ ਨੂੰ ਮੁੱਖ ਰੱਖ ਕੇ ਸਰੇਸ਼ अरोड़ा ਨੇ ਇਹ ਜਿਹੜਾ ਇਹ ਫੈਸਲਾ ਲਿਆ ਕਿ ਮੈਂ ਹੋਰ ਆਪਣੀ ਮਿਆਦ ਵਿੱਚ ਵਾਧਾ ਨਹੀਂ ਚਾਹੁੰਦਾ ਇਹ ਇੱਕ ਚੰਗੀ ਗੱਲ ਹੈ ਤੇ ਮਾਨਕ ਸਾਹਿਬ ਇੱਕ ਹੋਰ ਦੱਸਿਓ ਕਿ ਜਿਹੜੇ ਹਰਿੰਦਰ ਸਿੰਘ ਖਾਲਸਾ ਨੇ ਫਤਿਹਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਉਹਨਾਂ ਨੂੰ ਝਾੜੂ ਦੀ ਥਾਂ ਦੇ ਉੱਤੇ ਕਮਲ ਦਾ ਫੁੱਲ ਚੰਗਾ ਲੱਗਣ ਲੱਗ ਪਿਆ ਉਨ੍ਹਾਂ ਦੇ ਬਾਬਤ ਖਬਰਾਂ ਆਈਆਂ ਭਰੋਸੇਯੋਗ ਸੂਤਰਾਂ ਤੋਂ ਵੀ ਹੋ ਸਕਦਾ ਅਗਲੇ ਮਹੀਨੇ ਦੇ ਪਹਿਲੇ ਜਾਂ ਦੂਜੇ ਹਫਤੇ ਉਹ ਭਾਜਪਾ ਚ ਸ਼ਾਮਲ ਹੋ ਜਾਣ ਕਹਿੰਦੀ ਆ ਵੀ ਉਹ ਨਵੇਂ ਸਿਰੇ ਤੋਂ ਪਾਰੀ ਖੇਡਣੀ ਚਾਹੁੰਦੇ ਆ ਤੁਹਾਡੇ ਖਿਆਲ ਦੇ ਮੁਤਾਬਕ ਬਤੌਰ ਪੱਤਰਕਾਰ ਉਹਨਾਂ ਦਾ ਇਹ ਫੈਸਲਾ ਉਹਨਾਂ ਦੇ ਵੱਲੋਂ ਇਸ ਤਰੀਕੇ ਦੀ ਪਲਟੀ ਮਾਰਨਾ ਕਿੰਨੀ ਕਲਾਹੇਬੰਦ ਹੋ ਸਕਦੀ ਹੈ ਰਣਾ ਜੀ ਹਰਿੰਦਰ ਸਿੰਘ ਖਾਲਸਾ ਕਿਸੇ ਵੇਲੇ ਬਹੁਤ ਹੀ ਗਰਮ ਵਿਚਾਰਾਂ ਦੇ ਆਗੂ ਰਹੇ ਆ ਉਹਨਾਂ ਦੀਆਂ ਜਿਹੜੇ ਬਹੁਤ ਜ਼ਿਆਦਾ ਤਿੱਖੀਆਂ ਗੱਲਾਂ ਕਰਨ ਵਾਲੇ ਆਗੂ ਸੀਗੇ ਜਾਂ ਕਾਰਕੂਨਦੋਲਨ ਵੀ ਸੀਗਾ ਉਹਦੇ ਨਾਲ ਵੀ ਹਮਦਰਦੀਆਂ ਉਹਨਾਂ ਦੀਆਂ ਰਹੀਆਂ ਪਰ ਫਿਰ ਉਹ ਅਕਾਲੀ ਦਲ ਚਾਹੇ ਅਕਾਲੀ ਤੋਂ ਬਾਅਦ ਆਮ ਆਦਮੀ ਪਾਰਟੀ ਚਲ ਗਏ ਤੇ ਹੁਣ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਉਹਨਾਂ ਦੇ ਭਾਜਪਾ ਚ ਜਾਣ ਦੀ ਸੁਭਾਵਨਾ ਆ ਹੁਣ ਤਾਂ ਇਸ ਤਰ੍ਹਾਂ ਲੱਗਦਾ ਕਿ ਉਹਨਾਂ ਦੇ ਕੋਈ ਤੋਸ ਕੋਈ ਨਿਸ਼ਚਿਤ ਵਿਚਾਰ ਨਹੀਂ ਹੈਗੇ ਬਲਕਿ ਉਹ ਵੀ ਕੋਈ ਨਾ ਕੋਈ ਅਹੁਦਾ ਲੈਣ ਦਾ ਯਤਨ ਕਰ ਰਹਾ ਹੈ ਹੁਣ ਉਹ ਇਸ ਪੱਧਰ ਤੇ ਪਹੁੰਚ ਗਿਆ ਹੈ ਕਿ ਜੇ ਭਾਜਪਾ ਨਾਲ ਰਲ ਕੇ ਉਹਨਾਂ ਨੂੰ ਕੁਝ ਮਿਲ ਸਕਦਾ ਜਾਂ ਉਹ ਚੋਣ ਜਿੱਤ ਸਕਦੇ ਆ ਤਾਂ ਸੰਭਵ ਹੈ ਕਿ ਇਸੇ ਮਕਸਦ ਲਈ ਉਹਨਾਂ ਨੇ ਜਿਹੜਾ ਭਾਜਪਾ ਜਾਣ ਦਾ ਫੈਸਲਾ ਕਰ ਲਿਆ ਹੋਵੇਗਾ ਪਰ ਆਉਣ ਵਾਲੇ ਦਿਨਾਂ ਚ ਹੀ ਪਤਾ ਲੱਗੂਗਾ ਇਹ ਗੱਲ ਕਿੰਨੀ ਸਹੀ ਹੈ ਕਿੰਨੀ ਨਹੀਂ ਸਹੀ ਪਰ ਇਹ ਤੋਂ ਇਹ ਜ਼ਰੂਰ ਸਪਸ਼ਟ ਹੁੰਦਾ ਕਿ ਉਹਨਾਂ ਦੇ ਵਿਚਾਰ ਜਿਹੜੇ ਆ ਹੁਣ ਕੋਈ ਠੋਸ ਦ੍ਰਿੜ ਨਹੀਂ ਹੈਗੇ ਬਲਕਿ ਉਹ ਆਪਣੇ ਵਿਚਾਰ ਆਪਣੀਆਂ ਜ਼ਰੂਰਤਾਂ ਦੇ ਮੁਤਾਬਕ ਆਪਣੀਆਂ ਖਾਸ਼ਾਂ ਦੇ ਮੁਤਾਬਕ ਆਪਣੇ ਸਵਾਰਥਾਂ ਦੇ ਮੁਤਾਬਕ ਬਦਲਦੇ ਨਜ਼ਰ ਆ ਰਹੇ ਜੀ ਮਾਨਕ ਸਾਹਿਬ ਖਬਰਾਂ ਕਈ ਹੋਰ ਵੀ ਸਨ ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਤੁਸੀਂ ਸਟੂਡੀਓ ਦੇ ਵਿੱਚ ਆਏ ਹਰ ਹਫ਼ਤੇ ਦੀ ਤਰ੍ਹਾਂ ਬਹੁਤ ਕੀਮਤੀ ਟਿੱਪਣੀਆਂ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ